ਲਓ ਜੀ ਆਪਾਂ ਸ਼ੁਰੂਆਤ ਫਿਰ ਕਰਦੇ ਹਾਂ ਨਛੱਤਰ ਭਾਅ ਜੀ ਤੋਂ। ਭਾਅ ਜੀ ਥੋੜ੍ਹੀ ਜਿਹੀ ਮੈਚਿੰਗ ਹੋ ਰਹੀ ਹੈ ਤੁਹਾਡੀ, ਇਹਦੇ ਨਾਲ ਮੈਂ ਕਿਹਾ ਸ਼ੁਰੂਆਤ ਤੁਹਾਡੇ ਤੋਂ ਕਰ ਲਈਏ। ਯਾਰ ਸਾਰੀ ਮਹਿਫਲ ਹੀ ਸੁਰੀਲੀ ਕਰਤੀ ਤੂੰ ਤੇ, ਇੰਨੀ ਹਰਕਤ ਲੈ ਕੇ ਸੁਰ ਨੂੰ ਕੰਟਰੋਲ ਕਰਨਾ ਸਭ ਤੋਂ ਜ਼ਿਆਦਾ ਔਖਾ ਹੁੰਦਾ, ਚੜ੍ਹ ਜਾਂਦਾ ਉੱਤਰ ਜਾਂਦਾ, ਲੇਕਿਨ ਬੜਾ ਕੰਟਰੋਲ 'ਚ ਸੀਗਾ ਗਾਣਾ, ਔਰ ਜਿਉਂਦਾ ਰਹੇ ਯਾਰ ਬਸ। ਸਚਿਨ ਜੀ, ਯਾਰ ਜੇ ਹਰਮਨਪ੍ਰੀਤ ਨੇ ਅੱਛਾ ਗਾਇਆ ਸੀ ਉਹਦੇ ਲਈ ਮੈਂ ਉੱਧਰ ਆਇਆ ਸੀ, ਇਹਦੇ ਲਈ ਜੇ ਨਹੀਂ ਆਊਂਗਾ ਤਾਂ ਇਹ ਨਾ ਇਨਸਾਫੀ ਹੋਵੇਗੀ। ਇਸ ਬੱਚੇ ਨੇ ਅੱਜ ਤੱਕ ਖਰਾਬ ਗਾਇਆ ਹੀ ਨਹੀਂ, ਇਹ ਐਸਾ ਕਮਾਲ ਦਾ ਬੱਚਾ ਹੈ। ਔਰ ਇੱਧਰ ਵੀ ਇਹਨਾਂ ਲਈ ਵੀ ਤਾੜੀਆਂ, ਇਹਨਾਂ ਦਾ ਕਮਾਲ ਦਾ ਕੰਮ, ਕਿਉਂਕਿ ਰਿਦਮ ਦਾ ਪੈਟਰਨ ਐਸਾ ਚੱਲ ਰਿਹਾ ਸੀ, ਜ਼ਰਾ ਜਿਹਾ ਵੀ ਗੜਬੜ ਹੁੰਦਾ ਤਾਂ ਸਾਰਾ ਗਾਣੇ ਤੋਂ ਬਾਹਰ ਹੋ ਜਾਣਾ ਸੀ ਇਹਨੇ। ਖੁਸ਼ ਰਹਿ। ਥੈਂਕ ਯੂ ਸੋ ਮਚ ਸਚਿਨ ਬਾਜੀ। ਕੰਠ ਕਲੀਅਰ ਜੀ, ਬਾ ਕਮਾਲ, ਬਾ ਕਮਾਲ, ਬਾ ਕਮਾਲ, ਉਸ ਤੋਂ ਵੀ ਕਮਾਲ, ਕਮਾਲ ਦੀ ਫੀਲ, ਕਮਾਲ ਦਾ ਗਾਣਾ ਗਾਇਆ। ਖੁਸ਼ ਰਹਿ ਬੇਟਾ, ਖੁਸ਼ ਰਹਿ। ਰੋਸ਼ਨ ਜੀ, ਤੇਰੇ ਨਾਲ ਇਸ਼ਕ ਹੋ ਗਿਆ ਯਾਰ, ਤੇਰੀ ਆਵਾਜ਼ ਦੇ ਨਾਲ ਇੰਨੀ ਮਿੱਠੀ, ਮਿਸ਼ਰੀ ਵਰਗੀ ਆਵਾਜ਼, ਖੰਡ ਵਰਗੀ ਆਵਾਜ਼, ਇੰਨੀ ਮਿੱਠੀ ਰਾਂਝੇ ਦੀ ਵੰਝਲੀ ਵਰਗੀ ਆਵਾਜ਼, ਕਿਆ ਬਾਤ ਹੈ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ, ਐਵੇਂ ਹੀ ਗਾਉਂਦੇ ਰਹੋ, ਸਾਰੇ ਪੰਜਾਬੀਆਂ ਦੇ ਕੰਨ ਸੁਰੀਲੇ ਕਰ ਜਾਂਦੇ ਵੱਸਦੇ ਰਹੋ। ਸੋ ਗੁੱਡੂ ਜੀ, ਇਹ ਸੀ ਜੀ ਅੱਜ ਦੇ ਇਸ ਐਪੀਸੋਡ ਦੀ ਲਾਸਟ ਪਰਫਾਰਮੈਂਸ, ਜੋ ਸਾਡੀ ਪੀਪਣੀ ਨਵਦੀਪ ਨੇ ਦਿੱਤੀ। ਕੀ ਕਹਿਣਾ ਚਾਹੋਗੇ ਜੀ? ਸਾਹਿਲ, ਮੇਰੇ ਕੋਲ ਲਫ਼ਜ਼ ਹੈ ਨ਀ ਗੇ ਇਹਦੀ ਤਾਰੀਫ ਕਰਨ ਵਾਸਤੇ, ਜੱਫੀ ਪਾਇਆ। ਚੱਲ ਫਿਰ ਪੀਪਣੀ, ਬਹੁਤ ਵਧੀਆ। ਇਹ ਆਪਾਂ ਕੱਪੜੇ ਕੁਪੜੇ ਵਧੀਆ ਕਰ ਲਈਏ ਹੁਣ, ਠੀਕ ਆ। ਅੱਛਾ ਇੱਧਰ ਆ ਕਰਾਂ, ਹੁਣ ਕੁਛ ਕਹਿਣਾ ਚਾਹੇਗਾ? ਇੰਨੀ ਵਧੀਆ ਪਰਫਾਰਮੈਂਸ ਦਿੱਤੀ ਆ ਅੱਜ ਦੇ ਮੇਰੇ ਖਿਆਲ ਨਾਲ ਇਸ ਐਪੀਸੋਡ ਦੀ ਸਭ ਤੋਂ ਬੈਸਟ ਪਰਫਾਰਮੈਂਸ ਅਕੋਰਡਿੰਗ ਟੂ ਜੱਜਿਸ। ਲੈ ਫਿਰ ਹੁਣ, ਮਤਲਬ ਤੂੰ ਬੋਲੇਗਾ ਨਹੀਂ ਕੁਛ ਮੂੰਹ, ਹੈਂ? ਨਹੀਂ ਬੋਲਣਾ, ਸਿੱਧਾ ਹੀ ਕਹਿੰਦਾ ਨਹੀਂ। ਚੱਲ ਫਿਰ ਆ ਜਾ।